सत श्रीकाल जी, बाई टीवी वेख रहे हो तुसी। मैं हाँ विशाल कटारिया। पंजाब दे विच जदों भी वोटां आउंदियां ने तां जो खेतरी पार्टियां होंदियां ने जां श्रोमणी कमेटी आ, उह कहिंदी आ वी असीं सिखां दी समायदार हाँ, सिखां दीआं पार्टियां हाँ ते सिखां दी गल करदे हाँ। पर पिंडां दे विच ग्रंथी सिंघां दे की हाल ने तुसीं तस्वीरां वेख सकदे हो। असीं अज पहुंचे हाँ पिंड कुहाड़का दे विच। तुहानूं इक इहो जिहे ग्रंथी सिंघ नाल मिला रहे हाँ जो बहुत ही गरीबी हालत दे विच रह रहा है। पर श्रोमणी गुरद्वारा प्रबंधक कमेटी की गल की जाए जां होर कई धार्मिक संस्थावां की गल की जाए तो उन्होंने कभी भी आके इन्हां ग्रंथी सिंघां दी पिंडां दे विच सार नहीं ली। मुलाकात करवाउण लगे हाँ, गलबात करते हैं उस ग्रंथी सिंघ दे नाल कि आखिरकार की मुश्किल है। अहीं तुहानूं तस्वीरां दे विच विखा भी सकते हाँ भी वह ग्रंथी सिंह हैंडीकैप है। गलबात करते हैं बाबा जी। सत श्री अकाल। सत श्री अकाल जी। खालसा वाहिगुरू जी की फतेह। बाबा जी की नाम है ते किहड़ा पिंड है जी? मनजिंदर सिंह मेरा नाम है जी। ਪਿੰਡ ਕੁਹਾੜਕਾ ਜੀ, ਜ਼ਿਲ੍ਹਾ ਤਰਨ ਤਾਰਨ, ਸਬਾਜਪੁਰ ਦੇ ਬਿਲਕੁਲ ਨੇੜੇ ਕੁਹਾੜਕਾ ਪਿੰਡ ਹੈ ਜੀ। ਬਾਬਾ ਜੀ, ਜਿਸ ਤਰ੍ਹਾਂ ਤੁਸੀਂ ਤੁਹਾਡੇ ਹੱਥ ਵੇਖ ਰਹੇ ਹਾਂ ਹੈਂਡੀਕੈਪ, ਉਹ ਕਦੋਂ ਕਦੀ ਇਹ ਆਈ ਤੁਹਾਨੂੰ ਬਿਮਾਰੀ? ਇਹ ਜੀ ਛੋਟੇ ਹੁੰਦਿਆਂ ਹੈ ਜੀ, ਛੋਟੇ ਹੁੰਦਿਆਂ ਜਿੱਦਾਂ ਬੱਚਿਆਂ ਨੂੰ ਪੁਰਾਣੇ ਸਮੇਂ 'ਚ ਪੋਲੀਆ ਹੋ ਜਾਂਦਾ ਸੀ, ਇਹ ਉਹ ਆ ਜੀ। ਅਤੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹੋ? ਗੁਰਦੁਆਰਾ ਸਾਹਿਬ ਜੀ ਸਬਾਜਪੁਰ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਜੀ। ਉਹਦੇ ਕੀ ਮੁਸ਼ਕਲ ਕੀ ਆ ਰਹੀ ਤੁਹਾਨੂੰ? ਮੁਸ਼ਕਲ ਜੀ ਹੁਣ ਘਰ ਦੀ ਗਰੀਬੀ ਆ ਜੀ, ਇਹੋ ਮੁਸ਼ਕਲ ਆ ਰਹੀ ਆ ਜੀ। ਕਦੀ ਕਿਸੇ ਧਾਰਮਿਕ ਸੰਸਥਾ ਨੇ ਕੋਈ ਬਾਂਹ ਨਹੀਂ ਫੜੀ ਆ ਕੇ? ਨਹੀਂ, ਅੱਜ ਤੱਕ ਜੀ ਨਹੀਂ ਕਿਸੇ ਨੇ ਵੀ, ਨਾ ਕਿਸੇ ਸਿਆਸੀ ਨੇ ਨਾ ਕਿਸੇ ਧਾਰਮਿਕ ਸੰਸਥਾ ਦੇ ਕਮੇਟੀ ਨੇ, ਕਦੀ ਨਹੀਂ ਕਿਸੇ ਨੇ ਆ ਕੇ ਪੁੱਛਿਆ ਜੀ। ਗੱਲ ਸ਼੍ਰੋਮਣੀ ਕਮੇਟੀ ਦੀ ਕਰੀਏ ਨਾ, ਤਾਂ ਸ਼੍ਰੋਮਣੀ ਕਮੇਟੀ ਕਹਿੰਦੀ ਆ ਵੀ ਅਸੀਂ ਸਿੱਖਾਂ ਦੇ ਹਾਂ, ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਅਸੀਂ ਪ੍ਰਚਾਰ ਕਰਦੇ ਹਾਂ, ਅੱਜ ਤੱਕ ਉਹ ਵੀ ਨਹੀਂ ਆਏ? ਕਹਿਣ ਦੀ ਗੱਲ ਵੱਖਰੀ ਹੈ, ਜੇ ਕੋਈ ਪੁੱਛਣ ਆ ਕੇ ਉਹ ਗੱਲ ਵੱਖਰੀ ਆ ਜੀ। ਕਹਿਣ ਨੂੰ ਤਾਂ ਕਹੀ ਜਾਂਦੇ ਜੀ, ਕਹੀ ਜਾਣ ਉਹ ਤਾਂ ਕਹੀ ਜਾਣ, ਪਰ ਆ ਕੇ ਨਹੀਂ ਕਦੀ ਕਿਸੇ ਨੇ ਪੁੱਛਿਆ ਜੀ। ਜੇਕਰ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਦੇ ਤੁਸੀਂ ਮੇਨ ਹੈੱਡ ਗ੍ਰੰਥੀ ਹੋ, ਕਿੰਨੀ ਕੁ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਗੱਲ ਕਰੀਏ ਆਮਦਨ ਦੀ, ਕਿੰਨੀ ਕਿਆ ਕਿੰਨੀ ਕੁ ਗੁਰਦੁਆਰਾ ਸਾਹਿਬ ਨੂੰ ਕੋਈ ਪੈਲੀ ਹੈਗੀ ਆ? ਨਹੀਂ, ਪੈਲੀ ਵੀ ਨਹੀਂ ਜੀ ਉਹ ਗੁਰਦੁਆਰੇ ਜੀ। ਆਮਦਨ ਦੇ ਜੀ ਝੋਨਾ ਕਣਕ ਵਾਲੀ ਛਿਆਂ ਮਹੀਨੇ ਵਾਲੀ ਆਮਦਨ ਜੀ, ਉਹ ਵੀ ਕੋਈ 10 ਦੀ ਹੋ ਗਈ, ਕੋਈ 15 ਦੀ ਹੋ ਗਈ, ਇਹਦੋਂ ਵੱਧ ਨਹੀਂ ਜੀ ਕੋਈ। ਗੁਰਦੁਆਰਾ ਸਾਹਿਬ ਦੀ ਕੋਈ ਪੈਲੀ ਨਹੀਂ ਹੈਗੀ? ਨਹੀਂ, ਪੈਲੀ ਨਹੀਂ ਹੈਗੀ ਜੀ। ਅਤੇ ਫਿਰ ਘਰ ਦਾ ਗੁਜ਼ਾਰਾ ਵਗੈਰਾ ਕਿਵੇਂ ਚੱਲਦਾ? ਘਰ ਦਾ ਜੀ ਇੱਦਾਂ ਹੀ ਜੀ, ਸਾਡੇ ਦੋਵਾਂ ਜੀਆਂ ਦੀ ਪੈਨਸ਼ਨ ਆ ਲੱਗੀ, ਉਹਦੇ ਕਾਰਨ ਕਰਕੇ ਚਾਹੇ ਕੋਈ ਲਾਗੇ ਬੰਨੇ ਕੋਈ ਪਿੰਡਾਂ 'ਚ ਪ੍ਰੋਗਰਾਮ ਕਰ ਲਿਆ, ਅਖੰਡ ਪਾਠ ਕਰ ਲਿਆ, ਉਹਦੇ ਨਾਲ ਗੁਜ਼ਾਰਾ ਕਰਦੇ ਹਾਂ ਜੀ। ਤੁਹਾਡੇ ਘਰ ਦੇ ਹਾਲਾਤ ਵੇਖੇ ਆ, ਬਾਲੇ ਦੀ ਛੱਤਾਂ ਨੇ, ਛੱਤਾਂ ਵੀ ਚੌ ਰਹੀਆਂ ਨੇ, ਕਿਸ ਤਰ੍ਹਾਂ ਜਦੋਂ ਮੀਂਹ ਕਣੀ ਆਉਂਦਾ ਕਿਸ ਤਰ੍ਹਾਂ ਹੁੰਦਾ ਫਿਰ? ਉਹਦੇ ਜੀ ਸੜਕ ਦੇ ਨਾਲੋਂ ਜੀ ਸਾਡਾ ਘਰ ਨੀਵਾਂ ਜੀ, ਅਤੇ ਕਈ ਵਾਰੀ ਉਹ ਰੋਡ ਦੇ ਨਾਲ ਸਾਡੇ ਅੰਦਰ ਵੀ ਪਾਣੀ ਸਾਡੇ ਵੜਦਾ ਵਾ, ਅਤੇ ਛੱਤ ਵੀ ਚੌਂਦੀ ਜੀ ਉਹ। ਕਈ ਵਾਰ ਜੀ ਆ ਥੋੜ੍ਹੇ ਦਿਨ ਹੋਏ ਜੇ ਮੀਂਹ, ਅਤੇ ਸਾਡੀ ਜੀ ਰਾਤ ਵੀ ਕੁਝ ਘੰਟੇ ਸਾਡੀ ਰਾਤ ਇੱਦਾਂ ਨੰਗੀ ਪਾਣੀ ਅੰਦਰੋਂ ਝਲਟਣ ਦੇ ਨਾਲ ਹੀ, ਤੋਂ ਮੁੜ ਕੇ ਮਿੱਟੀ ਦੇ ਨਾਲ ਬੂਹੇ ਦੇ ਵਿੱਚ ਬੰਨ ਬੰਨੀ ਦਾ ਹੋਈ, ਅਤੇ ਉਹਦੇ ਕਾਰਨ ਮੁੜ ਕੇ ਪਾਣੀ ਝਲਟ ਝਲਟ ਬਾਹਰ ਨੂੰ ਕੱਢਿਆ। ਕਈ ਵਾਰ ਦੋ ਦੋ ਚਾਰ ਚਾਰ ਘੰਟੇ ਰਾਤ ਮੀਂਹ 'ਚ ਇੱਦਾਂ ਹੀ ਰਾਤ ਲੰਘ ਜਾਂਦੀ ਜੀ। ਜੇਕਰ ਤੁਹਾਡੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਵਿੱਚ ਕਿੰਨੇ ਕੁ ਮੈਂਬਰ ਤੁਹਾਡੇ? ਅਸੀਂ ਦੋ ਜੀ ਹਾਂ ਅਤੇ ਚਾਰ ਸਾਡੇ ਬੱਚੇ ਜੀ। ਕਿੰਨੇ ਬੱਚਿਆਂ ਦੇ ਵਿੱਚ ਕੌਣ ਕੌਣ ਹੈ? ਬੱਚੇ ਜੀ 3 ਗੁੱਡੀਆਂ ਅਤੇ 1 ਕਾਕਾ ਜੀ। 3 ਬੇਟੀਆਂ ਨੇ, ਉਹ ਪੜ੍ਹਦੀਆਂ ਹੋਣਗੀਆਂ? ਹਾਂਜੀ, ਬੇਟੀਆਂ ਪੜ੍ਹਦੀਆਂ ਜੀ। ਬੇਟਾ ਕੀ ਕਰਦਾ? ਬੇਟਾ ਵੀ ਪੜ੍ਹਦਾ ਜੀ। ਬੇਟੇ ਦੀ ਗੱਲ ਕਰੀਏ ਤਾਂ ਬੇਟਾ ਵੀ, ਜਿਸ ਤਰ੍ਹਾਂ ਤੁਸੀਂ ਗੁਰਸਿੱਖ ਹੋ, ਸਿੱਖੀ ਦਾ ਪ੍ਰਚਾਰ ਕਰ ਰਹੇ ਹੋ, ਲੋਕਾਂ ਨੂੰ ਧਰਮ ਦੇ ਨਾਲ ਜੋੜਨ ਦਾ ਕੰਮ ਕਰਦੇ ਹੋ, ਬੇਟਾ ਵੀ ਗੁਰਸਿੱਖ ਹੀ ਹੈ ਜੀ? ਹਾਂਜੀ, ਬੇਟਾ ਗੁਰਸਿੱਖ ਹੈ ਜੀ। ਬੇਟੇ ਨੂੰ ਗ੍ਰੰਥੀ ਸਿੰਘ ਹੀ ਬਣਾਓਗੇ? ਬਣਾਉਣ ਤਾਂ ਡੈ ਜੀ, ਪਰ ਆਪਦੇ ਹਾਲਾਤ ਵੇਖ ਕੇ ਡਰੀ ਦਾ ਜਾਖੀਦਾ, ਕਿਤੇ ਅਗਾਂਹ ਬੇਟੇ ਦੇ ਵੀ ਇਹੋ ਜਿਹੇ ਹਾਲਾਤ ਨਾ ਹੋਣ ਸਾਡੇ, ਜਿੱਦਾਂ ਅਸੀਂ ਗਰੀਬੀ ਵਿੱਚ ਸਮਾਂ ਗੁਜ਼ਾਰ ਰਹੇ ਹਾਂ। ਪਰ ਸੋਚੀਦਾ, ਫਿਰ ਵੀ ਆਖੀਦਾ ਚਲੋ ਸਿੱਧੇ ਬੰਨੇ ਜੋੜੀਏ, ਬੱਚੇ ਨੂੰ ਸਿਖਾਉਣ ਡੇ ਜੀ ਨਾਲ ਨਾਲ ਉਹਨੂੰ। ਜੇਕਰ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹੋ, ਉੱਥੇ ਹੋਰ ਵੀ ਬੱਚੇ ਆਉਂਦੇ ਹੋਣੇ, ਉਹਨਾਂ ਨੂੰ ਗੁਰਸਿੱਖੀ ਦੀ ਸਿੱਖਿਆ ਦੇ ਰਹੇ ਹੋ? ਹਾਂਜੀ, ਉਹ ਗੱਲ ਜੀ, ਫਿਰ ਜੀ ਬੱਚਿਆਂ ਨੂੰ ਪ੍ਰੇਰ ਪ੍ਰੇਰ ਕੇ ਲਿਆਈਦਾ, ਸਿਖਾਈਦਾ ਵਾ।
पर कई बार ये गल सोची थी कि अज इन बच्चों जिन्होंने सिखाने कि साढ़े वाले हालात इन्हों ना हो अगे चलो जी रब न जिदा चंगा लगता जो ओदा ही है पर आप तो सोची रहा जी साढ़े ना भैन जी भी मौजूद है फिर उन्होंने भी गल करते हैं भैन जी सताल जी इन्ने हालात माड़े आ कोई कुछ कह नहीं सकते किसी ने आके नहीं साड़ी बांह फड़ी किसी ने कहूँ पूछा नहीं आगे कितना अपना टाइम सार दे कोई नहीं टाइम सार किसी ने नहीं साड़ी सोचा आपदा आपे टाइम सार दे बच्चे हुण कुड़ी बेचारी सब्जी तोड़ने गई है बहुत मंदे हाल है मंग यो कहने साडा घर बन जाए घर बनाउणा चाहुणे आ बाकी रोटी दा टाइम सार लांगे आपे पिलसां चो टाइम सारी दा आपदा बिल्कुल जी असीं कहने आ भी साडे बच्चे विदेशां वल रुख कर रहे ने साडे बच्चे नशियां वल रुख कर रहे कारण की सरकारां जां उह संस्थावां जो अपने आप नूं इन्हां दे उत्ते थोपदियां ने सरकारां दा फर्ज बनदा है नौजवानां नूं रोज़गार देण अते संस्थावां दा मर्द फर्ज बनदा है कि जो लोग थेलिड लेवल दे उत्ते सिखी धर्म दा जां सिख धर्म दा प्रचार करदे ने उन्हां दी सार लवे पर जमीनी पद्धर दे उत्ते अज वी ग्रंथी सिंह दो वक्त दी रोटी तों मुहताज हुंदे होए दिखाई देते ने लोड़ है इन्हां दी मदद करन दी असीं भी अपने चैनल दे राही वख वख धार्मिक जथेबंदियां ते खास करके श्रोमणी गुरुद्वारा प्रबंधक कमेटी नूं भी अपील करांगे भी इस गुरसिख परिवार की मदद की जाए तां जो ये भी अपनी जिंदगी दे खुशी दे दिन बतीत कर सकन कैमरामैन दे नाल विशाल कटारिया तरन तारण।